Yeah, recently I got a call from a student in Surrey that he was given admission from India into a private college, and now he's stuck because he does not have an option of getting the work permit. ਗੱਲ ਇਹ ਹੁੰਦੀ ਹੈ ਕਿ ਐਕਚੁਅਲੀ ਪੰਜਾਬ ਦੇ ਏਜੰਟ ਜਾਂ ਕੋਈ ਵੀ ਏਜੰਟ ਕਿਸੇ ਵੀ ਕੰਟਰੀ ਦਾ, ਉਹ ਇੱਕ ਤੁਹਾਨੂੰ ਐਡਮਿਸ਼ਨ ਕਰਦਾ ਹੈ ਕਾਲਜ ਵਿੱਚ ਜਿੱਥੋਂ ਉਹਨੂੰ ਵੱਧ ਤੋਂ ਵੱਧ ਕਮਿਸ਼ਨ ਮਿਲਦੀ ਹੈ। ਪ੍ਰਾਈਵੇਟ ਕਾਲਜ ਨੂੰ ਇੱਕ ਆਪਸ਼ਨ ਹੈ ਕਿ ਵੀ ਕਿਉਂਕਿ ਨੋਰਮਲੀ ਸਟੂਡੈਂਟ ਜਾਂਦੇ ਨਹੀਂ ਹੈ ਕਿਉਂਕਿ ਵਰਕ ਪਰਮਿਟ ਆਪਸ਼ਨ ਨਹੀਂ ਹੈ ਪ੍ਰਾਈਵੇਟ ਕਾਲਜ ਦੇ ਸਟੂਡੈਂਟਾਂ ਨੂੰ, ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਕਮਿਸ਼ਨ ਲੈ ਕੇ ਅਟਰੈਕਟ ਕਰਦੇ ਸਟੂਡੈਂਟਾਂ ਨੂੰ ਕਿ ਵੀ ਆ ਕੇ ਤੁਸੀਂ ਉਹਨਾਂ ਨੂੰ ਰੈਵਨਿਊ ਦਿਓ, ਸਟੂਡੈਂਟ ਵੀਜ਼ਾ ਮਿਲੇਗਾ ਅਤੇ ਆ ਕੇ ਤੁਸੀਂ ਆਪਣੇ ਪੜ੍ਹਾਈ ਕਰਕੇ ਜੋ ਮਰਜ਼ੀ ਕਰਨਾ ਕਰ ਸਕਦੇ ਹੋ। ਪਰ ਜਦ ਸਟੂਡੈਂਟ ਨੂੰ ਪਤਾ ਚੱਲਦਾ ਕਿ ਵੀ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ, ਫਿਰ ਕੀ ਕਰੀਏ? ਫਿਰ ਤਾਂ ਉਹਨਾਂ ਨੂੰ ਇੱਕ ਕਾਲਜ ਚੇਂਜ ਕਰਨਾ ਹੀ ਪਏਗਾ, ਮਤਲਬ ਆ ਕੇ ਦੂਸਰੇ ਕਾਲਜ ਵਿੱਚ ਟ੍ਰਾਂਸਫਰ ਕਰਨਾ ਪਏਗਾ। ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਇਨ ਸਰੀ, ਆਮ ਜਸਟ ਲੁਕਿੰਗ ਐਟ ਦ ਸਰੀ। ਸਰੀ ਵੈਨਕੂਵਰ ਏਰੀਆ ਦਾ ਇੱਕ ਲੋਅਰ ਮੇਨਲੈਂਡ ਏਰੀਆ ਵਿੱਚ ਸ਼ਹਿਰ ਹੈ ਜਿੱਥੇ ਬਹੁਤੇ ਪੰਜਾਬੀ ਸਟੂਡੈਂਟ ਇਕੱਠੇ ਹੁੰਦੇ ਆ, ਦੇ ਆਰ ਕਮਿੰਗ ਫਰੋਮ ਆਲ ਓਵਰ ਇੰਡੀਆ। ਅਤੇ ਆਪਾਂ ਉੱਥੇ ਦੇਖਦੇ ਹਾਂ ਕਿ ਕਿੰਨੇ ਪ੍ਰਾਈਵੇਟ ਕਾਲਜ ਹੈ ਇਸ ਤਰ੍ਹਾਂ ਦੇ ਜਿਨ੍ਹਾਂ ਕੋਲ ਪੀ ਜੀ ਆਪਸ਼ਨ ਨਹੀਂ ਹੈ, ਲੇਕਿਨ ਫਿਰ ਵੀ ਸਟੂਡੈਂਟ ਤੜਾ ਤੜਾ ਰਹੇ। ਪਹਿਲਾਂ ਉਹਦੇ ਬਾਰੇ ਚੈੱਕ ਕਰ ਲਈਏ। ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਡੈਜ਼ੀਨੇਟਿਡ ਲਰਨਿੰਗ ਇੰਸਟੀਟਿਊਸ਼ਨ ਲਿਸਟ ਹੈ, ਇਹ ਸਰਕਾਰੀ ਵੈਬਸਾਈਟ 'ਤੇ ਦਿੱਤੀ ਹੋਈ ਹੈ ਲਿਸਟ, ਅਤੇ ਸਕੂਲਾਂ ਦੇ ਨਾਮ ਦਿੱਤੇ ਹੋਏ, ਅਤੇ ਨਾਲ ਇਹ ਵੀ ਲਿਖਿਆ ਹੋਏਗਾ ਕਿ ਵੀ ਤੁਹਾਨੂੰ ਵਰਕ ਪਰਮਿਟ ਇੱਥੋਂ ਮਿਲਣਾ ਨਹੀਂ ਮਿਲਣਾ। ਸੋ ਆਮ ਜਸਟ ਗੋਇੰਗ ਟੂ ਸਕਰੋਲ ਡਾਊਨ। ਸੋ ਬੀ ਸੀ ਸਰੀ ਮੈਂ ਆਲਰੇਡੀ ਟਾਈਪ ਕਰ ਲਿਆ, ਬੀ ਸੀ ਵਿੱਚ 27 ਸਕੂਲਸ ਸ਼ੋ ਕਰ ਰਹੇ ਹੈ, ਸਿਰਫ ਬੀ ਸੀ, ਸਿਰਫ ਸਰੀ ਦੇ, ਵੈਨਕੂਵਰ ਹਾਲੀ ਟਾਈਪ ਨਹੀਂ ਕੀਤਾ। ਸੋ ਜਸਟ ਟੇਕ ਅ ਲੁੱਕ ਐਟ ਦ ਫਸਟ ਵਨ, ਅਕੈਡਮੀ ਆਫ ਲਰਨਿੰਗ ਕਾਲਜ ਸਰੀ, ਇਹ ਆਥੋਰਾਈਜ਼ਡ ਹੈ ਲੇਕਿਨ ਪੀ ਜੀ ਵਰਕ ਪਰਮਿਟ ਨਹੀਂ ਮਿਲਦਾ। ਯੂ ਗਾਟ ਨੋ ਹੇਅਰ ਔਨ ਦ ਔਨ ਦਿਸ ਸਾਈਡ, ਸੀ ਵੀ ਸੀ ਨੋ ਹੇਅਰ, ਸੋ ਨੋ। ਆਟੋਮੋਟਿਵ ਟ੍ਰੇਨਿੰਗ ਸੈਂਟਰ ਨੋ, ਬੀ ਸੀ ਕਾਲਜ ਆਫ ਆਪਟਿਕਸ ਸਰੀ ਨੋ ਨੋ ਨੋ, ਕਾਫੀ ਸਾਰੇ ਹੈ, ਬ੍ਰਾਈਟਨ ਕਾਲਜ ਹੈ, ਕਿੰਨੇ ਨੇ ਹੈਲਥ ਕੇਅਰ ਅਕੈਡਮੀ, ਕਿੰਨੇ ਨੇ ਟੂਰਿਜ਼ਮ ਕਾਲਜ, ਆਈ ਡੋਂਟ ਵਟ ਟੂਰਿਜ਼ਮ ਦੇ ਆਰ ਸਟਡਿੰਗ, ਪਰ ਕਾਫੀ ਸਾਰੇ ਕਾਲਜ ਇਸ ਤਰ੍ਹਾਂ ਹੋਏ ਹੈ। ਜੇ ਇੱਕ ਮੈਂ ਦੇਖ ਰਿਹਾ ਸੀ ਇੱਕ ਜਿਸ ਤਰ੍ਹਾਂ ਕੁਆਂਟਲੇਨ ਹੈ, ਕੁਆਂਟਲੇਨ ਦੇ ਵਿੱਚ ਦੇਖੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਅਤੇ ਇੱਥੇ ਕੋਈ ਪ੍ਰੋਬਲਮ ਨਹੀਂ। ਲੁੱਕ ਐਟ ਕਾਲਜ ਲਾਈਕ ਆਸਕਰ ਇੰਟਰਨੈਸ਼ਨਲ ਕਾਲਜ, ਪੈਸੀਫਿਕ ਲਿੰਕ ਕਾਲਜ, ਆਈ ਮੀਨ ਦੀਜ਼ ਆਰ ਸਪਰਾਟਸ਼ਾ ਲੈਂਗੁਏਜ ਕਾਲਜ, ਸਟੈਨਬਰਗ, Sterling, so there are quite a number of colleges. Let me just take a look at some other college which I'm searching for. This is what I'm looking at, the Hair Art Academy in Langley. So Hair Art Academy, je agar tusi agar baal, I don't know what they do, hair art, whatever they do, salon diploma or something, je tusi ode vich admission lena chahnde ho te tusi le ke tusi apna study visa bhi le sakde ho, lekin work permit nahi milega. Agar tusi is tarah de kisi bhi college vich aa gaye ho, sari ਤੁਹਾਡੇ ਮਨ 'ਚ ਹੈ ਕਿ ਵੀ ਕਾਲਜ ਮੈਂ ਚੇਂਜ ਕਰਨਾ ਹੈ, ਗੋ ਟੂ ਅ ਕਾਲਜ ਵਿਚ ਇਜ਼ ਆਥੋਰਾਈਜ਼ ਟੂ ਗਿਵ ਪੋਸਟ ਗ੍ਰੈਜੂਏਟ ਵਰਕ ਪਰਮਿਟ, ਈਦਰ ਇਨ ਸਰੀ ਔਰ ਇਨ ਵੈਨਕੂਵਰ ਔਰ ਐਨੀ ਵੇਅਰ ਇਨ ਕੈਨੇਡਾ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਈਮੇਲ ਐਡਰੈਸ ਮੈਂ ਥੱਲੇ ਟਾਈਪ ਕਰ ਦੇਣਾ, ਅਤੇ ਆਪਣੇ ਡਾਕੂਮੈਂਟਸ ਲੈ ਕੇ, ਆਪਣਾ ਸਟੱਡੀ ਪਰਮਿਟ, ਆਪਣਾ ਇੰਗਲਿਸ਼ ਲੈਂਗੁਏਜ ਦਾ ਸਕੋਰ, ਅਤੇ ਆਪਣੇ ਟ੍ਰਾਂਸਕ੍ਰਿਪਟਸ ਪੁਰਾਣੇ ਜਿਹੜੇ ਇੰਡੀਆ ਵਾਲੇ, ਅਤੇ ਇੱਥੇ ਵੀ ਸਾਰੇ ਤੁਸੀਂ ਵੀ ਈਮੇਲ ਕਰ ਦਿਓ, ਅਤੇ ਆਪਾਂ ਕਿਸੇ ਦੂਸਰੇ ਕਾਲਜ ਨੂੰ ਦੇ ਕੇ ਤੁਹਾਡਾ ਟ੍ਰਾਂਸਫਰ ਕਰ ਸਕਦੇ ਹਾਂ। ਉੱਥੋਂ ਲੈਟਰ ਆਫ ਐਡਮਿਸ਼ਨ ਮੰਗਾ ਕੇ ਤੁਸੀਂ ਆਪਣਾ ਉੱਥੇ ਤੁਸੀਂ ਜਾ ਸਕਦੇ ਹੋ। ਰਾਈਟ, ਸੋ ਦਿਸ ਇਜ਼ ਆਲ ਆਈ ਟੂ ਸੇ। ਕਾਫੀ ਸਾਰੇ ਕਾਲਜ ਦਿੱਤੇ ਹੋਏ ਆ, ਆਈ ਵਾਜ਼ ਸਰਪ੍ਰਾਈਜ਼ ਐਕਚੁਅਲੀ, ਦੇ ਆਰ ਸੋ ਮੈਨੀ ਕਾਲਜ ਜਸਟ ਇਨ ਸਰੀ ਓਨਲੀ, ਦੇ ਆਰ ਵਿਦਆਊਟ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਇਫ ਆਈ ਜਸਟ ਟੇਕ ਆਊਟ ਸਰੀ, ਲੈਟਸ ਟੇਕ ਆਊਟ ਹਾਊ ਮੈਨੀ ਆਰ ਦੇ ਇਨ ਟੋਟਲ, ਸੋ ਟੋਟਲ 264 ਕਾਲਜਿਸ ਜਸਟ ਇਨ ਬ੍ਰਿਟਿਸ਼ ਕੋਲੰਬੀਆ ਓਨਲੀ। ਤੁਸੀਂ ਦੇਖ ਕੇ ਅੰਦਾਜ਼ਾ ਲਗਾ ਲਓ ਕਿ ਸਟੂਡੈਂਟ ਵੀਜ਼ਾ ਬਿਜ਼ਨਸ, ਸਟੂਡੈਂਟ ਐਡਮਿਸ਼ਨ ਬਿਜ਼ਨਸ ਕਿੰਨਾ ਜ਼ਿਆਦਾ, ਕਿੰਨਾ ਉਹਦਾ ਵਿਸਤਾਰ ਹੈ, ਕਿੰਨਾ ਫੈਲਾ ਹੋਇਆ। ਮੋਰ ਦੈਨ 264 ਯੂਨੀਵਰਸਿਟੀਜ਼ ਐਂਡ ਕਾਲਜਿਸ ਜਸਟ ਇਨ ਬੀ ਸੀ ਅਲੋਨ ਵਿਚ ਆਰ ਆਫਰਿੰਗ ਐਡਮਿਸ਼ਨਸ ਫੋਰ ਸਟੱਡੀ ਵੀਜ਼ਾ, ਇਟ ਇਜ਼ ਐਨ ਇਨਾਰਮਸ ਬਿਜ਼ਨਸ। ਥੈਂਕ ਯੂ ਵੈਰੀ ਮੱਚ, ਆਈ ਲੀਵ ਮਾਈ ਈਮੇਲ ਐਡਰੈਸ ਡਾਊਨ ਬਿਲੋ, ਇਫ ਯੂ ਆਰ ਇੰਟਰਸਟਿਡ ਯੂ ਕੈਨ ਆਲਵੇਜ਼ ਕੋਂਟੈਕਟ ਮੀ ਆਨਲਾਈਨ। ਥੈਂਕ ਯੂ।